सबको जय मसीह की। मैं जतिन बब्बर और आप देख रहे हैं मसीह परिवार चैनल। तो जैसे कि आप सब जानते हैं कि हम अपने चैनल पे मसीह परिवार चैनल पे अलग अलग पास्टर्स की वीडियो को अपलोड करते हैं। अगर आप भी अपनी वीडियोस को, अपनी मिनिस्ट्री की वीडियोस को, अपनी टेस्टिमनीज को हमारे चैनल मसीह परिवार चैनल पे अपलोड करवाना चाहते हैं तो आप हमारे नंबर पे कांटेक्ट कर सकते हैं 9041690174। तो अगर आपको हमारा चैनल अच्छा लगता है, अलग अलग पास्टर्स की वीडियो देखना अच्छा लगता है, ब्लेसिंग अगर आपको चाहिए तो आप हमारे चैनल को सब्सक्राइब कीजिए, लाइक कीजिए और वीडियो को ज़्यादा से ज़्यादा शेयर कीजिए। ਲੋਕ ਭੁੱਖ ਦੇ ਨਾਲ ਪਿਆਸ ਦੇ ਨਾਲ ਮਰ ਰਹੇ ਹਨ, ਤੜਫ ਰਹੇ ਹਨ। ਲੋਕੀ ਰੋਟੀ ਦਾ ਇੱਕ ਟੁਕੜਾ ਖਾਣ ਵਾਸਤੇ ਤਰਸਦੇ ਪਏ ਨੇ ਤੇ ਏਲੀਆ ਰੋਜ਼ ਮਾਸ ਖਾ ਰਿਹਾ। ਕਿਉਂ? ਕਿਉਂਕਿ ਪਰਮੇਸ਼ਵਰ ਦਾ ਹੱਥ ਉਹਦੇ ਉੱਤੇ ਸੀ। ਆਮੇਨ। ਤੇ ਮੈਨੂੰ ਲੱਗਦਾ ਕਿ ਇਬਰਾਹਿਮ ਨੂੰ ਇਹ ਨਹੀਂ ਕਰਨਾ ਚਾਹੀਦਾ ਸੀ। ਇਬਰਾਹਿਮ ਨੇ ਗਲਤੀ ਕੀਤੀ। ਇਬਰਾਹਿਮ ਦੌੜ ਕੇ ਅੰਮ੍ਰਿਤਸਰ ਨੂੰ ਚਲ ਗਿਆ, ਕਹਿੰਦਾ ਇੱਥੇ ਭੁੱਖਾ, ਇੱਥੇ ਨਹੀਂ ਕੰਮ ਬਣਨਾ, ਦੂਜੇ ਪਾਸੇ ਚਲਦੇ ਆ। ਅੜੇ ਰਹੋ ਤੇ ਖੜੇ ਰਹੋ ਜੇ ਤੁਸੀਂ ਬਰਕਤ ਲੈਣੀ ਹੈ। ਆਮੇਨ। ਚਲੋ ਰੋਟੀ ਮਿਲ ਗਈ ਉਹਨੂੰ ਉੱਥੇ, ਵਧੀਆ ਪੈਸਾ ਵੀ ਮਿਲ ਗਿਆ ਉਹਨੂੰ, ਧਨ ਦੌਲਤ ਵੀ ਮਿਲ ਗਈ, ਇਹਨਾਂ ਸਾਰਾ ਕੁਝ ਮਿਲ ਗਿਆ ਤੇ ਨਾਲ ਉਹਨੂੰ ਇੱਕ ਹੋਰ ਵੀ ਮਿਲ ਗਈ। ਤੁਹਾਨੂੰ ਪਤਾ ਕੀ ਮਿਲ ਗਿਆ ਮਿਸਰ ਤੋਂ ਉਹਨੂੰ? ਕੀ ਦੱਸ ਸਕਦੇ ਹੋ ਕੀ ਮਿਲਿਆ ਉਹ ਤੋਂ? ਜਿਹੜਾ ਮੇਰੇ ਔਰ ਤੁਹਾਡੇ ਸਾਰਿਆਂ ਵਾਸਤੇ ਇੱਕ ਮੁਸੀਬਤ ਬਣ ਗਈ। ਕੀ ਮਿਲੀ ਉੱਥੇ ਉਹਨੂੰ? ਹਾਸਰਾ। ਜਦੋਂ ਸਾਰਾ ਉਦੋਂ ਵਾਪਸ ਆਈ ਤੇ ਸਾਰਾ ਮਿਸਰ ਤੋਂ ਇੱਕ ਨੌਕਰਾਣੀ ਲੈ ਆਈ ਆਪਣੀ ਹਾਸਰਾ। ਅੱਗੇ ਚੱਲ ਗਏ, ਸਾਰਾ ਨੇ ਕੀ ਕੀਤਾ? ਇਬਰਾਹਿਮ ਨੂੰ ਮਸ਼ਹੂਰ ਕੀਤਾ ਕਿ ਉਹ ਹਾਜ਼ਰਾ ਨੂੰ ਆਪਣੀ ਪਤਨੀ ਕਰਕੇ ਲਵੇ ਤੇ ਹਾਜ਼ਰਾ ਤੋਂ ਫਿਰ ਇੱਕ ਪੁੱਤਰ ਉਤਪੰਨ ਹੋਇਆ ਜਿਹੜਾ ਇਸਾਕ ਔਰ ਇਸਮਾਇਲ, ਇਹਨਾਂ ਦਾ ਆਪਸ ਦੇ ਵਿੱਚ ਝਗੜੇ ਚੱਲਦਾ ਰਿਹਾ ਤੇ ਸਾਡੇ ਵਾਸਤੇ ਵੀ ਇੱਕ ਵੱਡੀ ਮੁਸੀਬਤ ਖੜੀ ਹੋ ਗਈ। ਸਾਡੇ ਵਿਸ਼ਵਾਸੀਆਂ ਦੇ ਪਿਤਾ ਨੇ ਇਸ ਤਰ੍ਹਾਂ ਕੀਤਾ ਕਿਉਂਕਿ ਜਦੋਂ ਅਸੀਂ ਪਰਮੇਸ਼ਵਰ ਦੀ ਇੱਛਾ ਦੇ ਖਿਲਾਫ ਕੰਮ ਕਰਦੇ ਹਾਂ ਫਿਰ ਕੁਛ ਨਾ ਕੁਛ ਅਸੀਂ ਆਪਣੀ ਲਾਈਫ ਦੇ ਵਿੱਚ ਨੁਕਸਾਨ ਚੱਲਦੇ ਹਾਂ। ਇਬਰਾਹਿਮ ਦੇ ਲਈ ਦਰਸ਼ਨ ਸੀ। ਪਰਮੇਸ਼ਵਰ ਦਾ ਦਰਸ਼ਨ ਇਸਾਕ ਦੇ ਨਾਲ ਪੂਰਾ ਹੋਇਆ ਕਿਉਂਕਿ ਇਸਾਕ ਪਰਮੇਸ਼ਵਰ ਦੀ ਵਾਚਾ, ਪਰਮੇਸ਼ਵਰ ਦੇ ਵਾਅਦੇ ਦਾ ਇੱਕ ਹਿੱਸਾ ਸੀ। ਆਮੇਨ। ਤੁਸੀਂ ਬਲੈਸ ਉੱਥੇ ਹੀ ਹੋਣਾ ਜਿੱਥੇ ਤੁਹਾਡੇ ਨਾਲ ਵਾਅਦਾ ਕੀਤਾ ਗਿਆ ਹੈ। ਹਾਲੇਲੂਇਆ। ਚਾਹੇ ਤੁਸੀਂ ਜਿੰਨਾ ਮਰਜ਼ੀ ਜ਼ੋਰ ਮਾਰ ਲਓ। ਸਾਰੀ ਰਾਤ ਵਿਚਾਰੇ ਚੇਲਿਆਂ ਨੇ ਮੱਛੀਆਂ ਫੜੀਆਂ, ਸਾਰੀ ਰਾਤ ਹੀ ਲੱਗੇ ਰਹੇ, ਕਹਿੰਦੇ ਮੱਛੀਆਂ ਆ ਜਾਣ, ਮੱਛੀਆਂ ਆ ਜਾਣ, ਪਰ ਮੱਛੀਆਂ ਕਿਤੇ ਨਹੀਂ ਮਿਲੀਆਂ। ਫਿਰ ਯਿਸੂ ਮਸੀਹ ਆਏ, ਯਿਸੂ ਮਸੀਹ ਕਹਿੰਦੇ ਲੈ ਵੀ ਸਾਰੀ ਰਾਤ ਲੱਗੇ ਰਹੇ ਹੋ ਤੁਸੀਂ, ਮੱਛੀਆਂ ਹੈਗੀਆਂ? ਕਹਿੰਦੇ ਨਹੀਂ। ਤਾਂ ਪ੍ਰਭੂ ਯਿਸੂ ਨੇ ਕੀ ਕਿਹਾ? ਕਹਿੰਦੇ ਉਸ ਤਰਫ ਜਾਲ ਡਾਲੋ ਜਿਸ ਤਰਫ ਮੈਂ ਕਹਿ ਰਹਾ। ਔਰ ਜੈਸੇ ਹੀ ਉਸ ਤਰਫ ਜਾਲ ਡਾਲਾ, ਬਾਈਬਲ ਕਿਆ ਕਹਿਤੀ ਹੈ, ਬਹੁਤਾਤ ਕੇ ਕਾਰਨ ਉਹ ਜਾਲ ਕੋ ਖਿੱਚ ਵੀ ਨਹੀਂ ਪਾਇਆ ਕਿਉਂਕਿ ਇਤਨੀ ਮੱਛਲੀਆਂ ਆ ਗਈ। ਹਾਲੇਲੂਇਆ। ਅਗਰ ਪਰਮੇਸ਼ਵਰ ਨੇ ਆਪਕੋ ਦਰਸ਼ਨ ਦਿਆ ਉਸ ਜਗ੍ਹਾ ਪੇ ਖੜੇ ਰਹੋ, ਅੜੇ ਰਹੋ ਔਰ ਪ੍ਰਾਰਥਨਾ ਕਰਤੇ ਰਹੋ, ਪਰਮੇਸ਼ਵਰ ਆਪਕੋ ਇੱਕ ਦਿਨ ਹਜ਼ਾਰ ਗੁਣਾ ਜ਼ਿਆਦਾ ਬਲੈਸ ਕਰੇਗਾ। ਇਬਰਾਹਿਮ ਕੇ ਸਾਥ ਵਾਅਦਾ ਤਾਂ ਪੂਰਾ ਕੀਆ ਪਰਮੇਸ਼ਵਰ ਨੇ, ਪਰੰਤੂ ਉਸ ਵਾਅਦੇ ਮੈਂ ਥੋੜਾ ਸਾ ਨੁਕਸਾਨ ਹੋ ਗਿਆ ਇਬਰਾਹਿਮ ਕਾ। ਇਬਰਾਹਿਮ ਨੇ ਖੁਦ ਆਪਣੇ ਲਈ ਪਰਮੇਸ਼ਵਰ ਕੇ ਦਰਸ਼ਨ ਕੋ ਬਦਲ ਦਿਆ। ਆਪ ਕਹੀਂ ਆਪਣੀ ਬਰਕਤ ਕੋ ਬਦਲ ਨਾ ਲੇ। ਅੱਜ ਇਸ ਲਈ ਮੈਂ ਆਪਕੋ ਬਤਾਨਾ ਚਾਹਤੀ ਹੂੰ, ਆਪ ਜਿਸ ਜਗ੍ਹਾ ਪੇ ਖੜੇ ਹੋ ਆਜ ਉਸ ਜਗ੍ਹਾ ਪੇ ਖੜੇ ਰਹੋ। ਹੋ ਸਕਦਾ ਉਸ ਜਗ੍ਹਾ ਪੇ ਆਪਕੋ ਪਰੇਸ਼ਾਨੀਆਂ ਮਿਲੇ,
ਦੁੱਖ ਮਿਲੇ, ਤਕਲੀਫੇ ਮਿਲੇ, ਵਿਰੋਧ ਮਿਲੇ, ਯਾਤਨਾਏ ਮਿਲੇ, ਆਪਕੋ ਲਗੇ ਕਿ ਸ਼ਾਇਦ ਆਪ ਡਿਵੈਲਪ ਨਹੀਂ ਹੋ ਸਕਤੇ ਹੋ, ਸ਼ਾਇਦ ਆਪ ਪੜ੍ਹ ਨਹੀਂ ਸਕਤੇ ਹੋ, ਸ਼ਾਇਦ ਆਪ ਗਰੋ ਨਹੀਂ ਹੋ ਸਕਤੇ ਹੋ, ਪਰੰਤੂ ਯਾਦ ਰੱਖੋ ਸੈਨਾਓਂ ਕਾ ਯਹੋਵਾ ਪਰਮੇਸ਼ਵਰ ਕੁਛ ਵੀ ਕਰਨੇ ਕੀ ਤਾਕਤ ਰੱਖਤਾ ਹੈ ਆਪਣੇ ਸਾਮਰਥੀ ਨਾਮ ਮੇਂ। ਐਵਰੀਥਿੰਗ ਪੋਸੀਬਲ ਉਹ ਕਰ ਸਕਤਾ ਹੈ ਆਪਕੇ ਲਈ, ਵੋ ਆਪਕੋ ਗਰੋ ਕਰ ਸਕਤਾ ਉਸ ਜਗ੍ਹਾ ਕੇ ਉੱਪਰ, ਵੋ ਆਪਕੋ ਖੜਾ ਕਰ ਸਕਤਾ ਉਸ ਜਗ੍ਹਾ ਕੇ ਉੱਪਰ, ਕਿਉਂਕਿ ਪਰਮੇਸ਼ਵਰ ਕੇ ਵਚਨ ਕੋ ਆਪਨੇ ਪਕੜ ਕੇ ਰੱਖਣਾ ਹੈ। ਹਾਲੇਲੂਇਆ, ਹਾਲੇਲੂਇਆ। ਸ਼ੈਤਾਨ ਕੀ ਆਵਾਜ਼ ਮਤ ਸੁਨੋ। ਜਬ ਸ਼ੈਤਾਨ ਬੋਲਤਾ ਚਿਰਚਨਾ ਚਾਹੀਏ ਤੈਨੂੰ ਉੱਥੋਂ ਕੁਛ ਨਹੀਂ ਮਿਲਣਾ। ਅਬ ਸ਼ੈਤਾਨ ਆਪਕਾ ਚਾਚਾ ਵੀ ਬਣ ਜਾਤਾ, ਕਭੀ ਕਭੀ ਫੂਆ ਬਣ ਜਾਤਾ, ਤਾਈ ਵੀ ਬਣ ਸਕਤਾ ਹੈ ਨਾ, ਪੜੋਸੀ ਵੀ ਬਣ ਸਕਤਾ ਹੈ। ਨਾ ਨਾ, ਤੂੰ ਚਿਰਚਨਾ ਚਾਹੀਏ ਤੈਨੂੰ ਕੀ ਮਿਲਣਾ ਉੱਥੋਂ, ਛੱਡ ਪਰੇ ਦੁਬਾਰਾ ਕਰਾਇਆ ਕਰ, ਕੁਛ ਮਿਲਣਾ ਤੈਨੂੰ ਹਨਾ। ਨਾ ਨਾ ਨਾ, ਤੂੰ ਉੱਧਰ ਨਾ ਜਾਈ, ਤੂੰ ਇੱਧਰ ਜਾਈ, ਤੂੰ ਉੱਧਰ ਜਾਈ, ਤੂੰ ਇੱਧਰ ਜਾਈ। ਸੁਣਨ ਦਿਆਂ ਜੇ ਆਪਕੋ ਜਾਂ ਪੇ ਪਰਮੇਸ਼ਵਰ ਕਾ ਆਤਮਾ ਬੋਲ ਰਿਹਾ, ਉਸ ਜਗ੍ਹਾ ਪੇ ਖੜੇ ਰਹੋ, ਅੜੇ ਰਹੋ, ਪ੍ਰਭੂ ਆਪਕੋ ਬਲੈਸ ਕਰੇ। ਹਾਲੇਲੂਇਆ, ਹਾਲੇਲੂਇਆ। ਆਪ ਉਹ ਮਤ ਕਰੋ ਜੋ ਸ਼ੈਤਾਨ ਆਪਸੇ ਬੋਲਤਾ ਹੈ। ਸ਼ੈਤਾਨ ਕਹਿਤਾ ਪ੍ਰਾਰਥਨਾ ਨਾ ਕਰ, ਤੈਨੂੰ ਕੁਛ ਨਹੀਂ ਮਿਲਣਾ, ਦੁਆ ਕਰਨ ਨਾਲ ਤੈਨੂੰ ਕੁਛ ਨਹੀਂ ਮਿਲਣਾ, ਜਿੰਨੀ ਮਰਜ਼ੀ ਦੁਆ ਕਰੀ ਜਾ, ਤੂੰ ਨਹੀਂ ਅੱਗੇ ਵੱਧ ਸਕਦਾ। ਜੋ ਸ਼ੈਤਾਨ ਤੁਹਾਨੂੰ ਕਹਿੰਦਾ ਨਾ, ਨਹੀਂ ਹੋਣਾ, ਨਹੀਂ ਹੋਣਾ, ਨਹੀਂ ਹੋਣਾ, ਯਾਦ ਰੱਖੋ ਲੋ ਹੋਣ ਵਾਲਾ ਯਿਸੂ ਮਸੀਹ ਦੇ ਨਾਮ ਤੇ। ਇੱਕ ਵਾਰੀ ਤੁਸੀਂ ਤਾਲੀ ਵਜਾ ਕੇ ਪਰਮੇਸ਼ਰ ਦੀ ਮਹਿਮਾ ਕਰੋਗੇ। ਜੋ ਸ਼ੈਤਾਨ ਕਹਿੰਦਾ ਨਾ, ਨਹੀਂ ਹੋਣਾ, ਨਹੀਂ ਹੋਣਾ, ਨਹੀਂ ਹੋਣਾ, ਨਹੀਂ ਹੋਣਾ, ਸੁਣ ਲੋ, ਹੋਏਗਾ ਯਿਸੂ ਮਸੀਹ ਦੇ ਨਾਮ ਵਿੱਚ। ਕਿਉਂਕਿ ਜੋ ਨਹੀਂ ਹੋ ਸਕਦਾ ਉਹਦੇ ਬਾਰੇ ਸ਼ੈਤਾਨ ਕਦੇ ਨਹੀਂ ਬੋਲੇਗਾ, ਜੋ ਹੋ ਸਕਦਾ ਉਹਦੇ ਬਾਰੇ ਸ਼ੈਤਾਨ ਨੂੰ ਚਿੰਤਾ ਹੁੰਦੀ ਤੇ ਸ਼ੈਤਾਨ ਕਹਿਣਾ ਸ਼ੁਰੂ ਕਰਦਾ, ਨਹੀਂ ਹੋਣਾ, ਨਹੀਂ ਹੋਣਾ, ਨਹੀਂ ਹੋਣਾ, ਨਹੀਂ ਹੋਣਾ। ਜਿੰਨੇ ਜ਼ਿਆਦਾ ਲੋਕ ਕਹਿਣਗੇ ਨਹੀਂ ਹੋਣਾ ਸਮਝ ਲਓ, ਓਨਾ ਹੀ ਜ਼ਿਆਦਾ ਪ੍ਰਭੂ ਕਰੇਗਾ। ਹਾਲੇਲੂਇਆ। ਕੀ ਤੁਸੀਂ ਅੱਜ ਬੱਚਿਆਂ ਨੂੰ ਸਮਝ ਗਏ ਹੋ? ਸਮਝ ਗਏ ਹੋ ਕਿ ਨਹੀਂ? ਹੁਣ ਪ੍ਰਭੂ ਤੋਂ ਅੱਗੇ ਦੌੜਨਾ ਹੈ, ਪ੍ਰਭੂ ਤੋਂ ਅੱਗੇ ਨਹੀਂ ਦੌੜਨਾ ਤੁਸੀਂ। ਰਾਈਟ ਟਾਈਮ, ਰਾਈਟ ਸਮੇਂ ਆਏਗਾ ਜਦੋਂ ਪ੍ਰਭੂ ਤੁਹਾਨੂੰ ਬਲੈਸ ਕਰੇਗਾ। ਜਦੋਂ ਲੋਕੀ ਤੁਹਾਨੂੰ ਗੱਲਾਂ ਕਹਿੰਦੇ ਆ ਨਾ, ਕਰਨਾ ਸ਼ੁਰੂ ਹੁੰਦੇ ਨੂੰ ਸੁਣ ਲਿਓ, ਜੇ ਲੋਕੀ ਕਹਿੰਦੇ ਆ ਨੀ ਹੋਣਾ, ਉਹ ਨੀ ਹੋਣਾ, ਤੈਨੂੰ ਨੀ ਬਲੈਸ ਹੋਣਾ, ਤੂੰ ਨੀ ਅੱਗੇ ਬਣਨਾ, ਆਪਣੇ ਕੰਨਾਂ ਵਿੱਚ ਜ਼ੋਰ ਨਾ ਰੂਹ ਭਰ ਲਓ, ਨਾ ਸੁਣੋ, ਨਾ ਦੇਖੋ, ਨਾ ਬੋਲੋ, ਨਾ ਕਹੋ, ਸਿਰਫ ਆਪਣਾ ਕੰਮ ਕਰੋ ਔਰ ਪਰਮੇਸ਼ਵਰ ਤੇ ਭਰੋਸਾ ਰੱਖੋ। ਪਰਮੇਸ਼ਵਰ ਤੁਹਾਡੀ ਮਿਹਨਤ ਦਾ ਫਲ ਤੁਹਾਨੂੰ ਜ਼ਰੂਰ ਦੇਵੇਗਾ ਔਰ ਪਰਮੇਸ਼ਵਰ ਤੁਹਾਨੂੰ ਵਧਾਏਗਾ। ਸਭ ਜਣ ਖੜੇ ਹੋਵਾਂਗੇ, ਆਪਣੇ ਹੱਥਾਂ ਨੂੰ ਪ੍ਰਭੂ ਵੱਲ ਚੱਕਾਂਗੇ। ਕੀ ਕਰਨਾ ਜੀ ਤੁਸੀਂ ਹੁਣ? ਅੜੇ ਰਹਿਣਾ, ਸਾਰੇ ਜਾਣੇ ਬੋਲੋ, ਅੜੇ ਰਹਿਣਾ ਤੇ, ਅੜੇ ਰਹਿਣਾ ਤੇ, ਦੌੜਨਾ ਇਬਰਾਹਿਮ ਵਾਂਗੂ ਮਿਸਰ ਵੱਲ ਨੂੰ ਨਾ ਦੌੜ ਜਾਓ ਹਨਾ। ਜਦੋਂ ਸ਼ੈਤਾਨ ਤੁਹਾਨੂੰ ਕਹਿੰਦਾ ਉਹ ਇੱਥੇ ਤੂੰ ਬਲੈਸ ਨਹੀਂ ਹੋਣਾ, ਦੂਜੀ ਜਗ੍ਹਾ ਤੇ ਚਲ ਜਾ, ਸ਼ੈਤਾਨ ਦੀ ਆਵਾਜ਼ ਨਾ ਸੁਣ। ਉਹ ਸ਼ੈਤਾਨ ਬੋਲ ਰਿਹਾ ਤੁਹਾਨੂੰ ਦੌੜਾਉਣ ਵਾਸਤੇ, ਉਹਨੂੰ ਕਹੋ ਮੈਂ ਨੀ ਦੌੜਨਾ, ਤੂੰ ਦੌੜੇਗਾ ਯਿਸੂ ਮਸੀਹ ਦੇ ਨਾਮ ਵਿੱਚ, ਮੈਂ ਜਿੱਤਾਂਗਾ ਯਿਸੂ ਮਸੀਹ ਦੇ ਨਾਮ ਵਿੱਚ, ਮੇਰੀ ਬਲੈਸਿੰਗ ਦਾ ਦਿਨ ਆ ਚੁੱਕਾ ਹੈ ਯਿਸੂ ਮਸੀਹ ਦੇ ਨਾਮ ਵਿੱਚ। ਔਰ ਸ਼ੈਤਾਨ ਇੱਕਦਮ ਸ਼ਰਮਿੰਦਾ ਹੋਏਗਾ ਜਦੋਂ ਤੁਹਾਡੀ ਬਲੈਸਿੰਗ ਨੂੰ ਦੇਖੇਗਾ, ਜਦੋਂ ਤੁਹਾਡੀਆਂ ਬਰਕਤਾਂ ਨੂੰ ਦੇਖੇਗਾ, ਜਦੋਂ ਤੁਹਾਨੂੰ ਪਰਮੇਸ਼ਵਰ ਵਧਾਏਗਾ ਤੇ ਸ਼ੈਤਾਨ ਦਾ ਸਰ ਆਪਣੇ ਆਪ ਚੁੱਕ ਜਾਏਗਾ ਯਿਸੂ ਮਸੀਹ ਦੇ ਨਾਮ ਵਿੱਚ। ਸਹੀ, ਆਪਣੇ ਹੱਥਾਂ ਨੂੰ ਪਰਮੇਸ਼ਵਰ ਦੇ ਵੱਲ ਚੁੱਕਾਂਗੇ। ਅੱਜ ਆਪਣਾ ਦਿਲ ਖੋਲ ਦਿਓ ਪਰਮੇਸ਼ਵਰ ਦੇ ਲਈ, ਪ੍ਰਭੂ ਦੀ ਹਜ਼ੂਰੀ ਦੇ ਲਈ। ਮੈਂ ਤੁਹਾਡੇ ਵਾਸਤੇ ਪ੍ਰਾਰਥਨਾ ਕਰਨ ਜਾ ਰਹੀ ਹਾਂ। ਤਿਆਰ ਹੋ ਜਾ, ਆਪਣੇ ਆਪ ਨੂੰ ਤਿਆਰ ਕਰ ਲਓ ਕਿ ਅੱਜ ਪ੍ਰਭੂ ਜਦ ਮੇਰੇ ਉੱਤੇ ਤੁਹਾਡੀ ਦਾਸੀ ਹੱਥ ਰੱਖੇ, ਮੇਰੇ ਲਈ ਪ੍ਰਾਰਥਨਾ ਹੋਵੇ ਤਾਂ ਪਰਮੇਸ਼ਵਰ ਮੇਰੇ ਬੰਧਨ ਟੁੱਟਣ ਔਰ ਮੈਂ ਪ੍ਰਭੂ ਤੇਰੇ ਨਾਮ ਵਿੱਚ ਬਲੈਸ ਹੋ ਜਾ। ਅੱਜ ਤੁਸੀਂ ਖੜੇ ਰਹਿਣਾ, ਬਰਕਤ ਤੁਹਾਡੀ ਹੈ। ਅੱਜ ਅੜੇ ਰਹਿਣਾ, ਆਸ਼ੀਸ਼ ਤੁਹਾਡੀ ਹੈ।
ਤੁਸੀਂ ਦੇਖੋਗੇ ਤੁਹਾਡੇ ਬੰਧਨ ਟੁੱਟਣਗੇ, ਤੁਸੀਂ ਦੇਖੋਗੇ ਆਸ਼ਚਰਜਨਕ ਗਵਾਹੀਆਂ ਤੁਹਾਡੇ ਜੀਵਨ ਚ ਪੈਦਾ ਹੋਣਗੀਆਂ, ਤੁਸੀਂ ਦੇਖੋਗੇ ਵੱਡੇ ਵੱਡੇ ਕੰਮਾਂ ਨੂੰ ਆਪਣੇ ਜੀਵਨ ਦੇ ਵਿੱਚ, ਅਗਰ ਤੁਸੀਂ ਵਿਸ਼ਵਾਸ ਦੇ ਨਾਲ ਪ੍ਰਾਰਥਨਾ ਕਰੋਗੇ। ਅਸੀਂ ਆਪਣੇ ਹੱਥਾਂ ਨੂੰ ਪਰਮੇਸ਼ਵਰ ਦੇ ਵੱਲ ਚੁੱਕੀਏ, ਆਹ ਪ੍ਰਾਰਥਨਾ ਕਰਾਂਗੇ। ਸਾਡਾ ਰੂਹ ਹੈ ਪਾਕ ਪੈਦਾ, ਅੱਜ ਸਾਡਾ ਦਿਨ ਹੈ, ਸਾਡਾ
ਕਰਦੇ ਹੋ।